ਸੀ ਭਾਈ, ਉਹੀ ਦੇਖ ਕੇ ਆਏ ਸੀ ਅਸੀਂ। ਬੁੜੀਆਂ ਬਾਹਲੀਆਂ ਤੰਗ ਸੀ, ਬੁੜੀਆਂ ਜਾਣਦੀਆਂ ਵੀ। ਸਾਡਾ ਜਿਹੜਾ ਪੰਜ ਜਥੇ ਇੱਥੋਂ ਤਾਮਕੋਟ ਤੋਂ ਟਿੱਕਰੀ ਬਾਰਡਰ ਵਾਸਤੇ ਤਾਮਕੋਟ ਦੀ ਸੰਗਤ ਦੇ ਪਹਿਲਾਂ ਰਵਾਨਾ ਹੋ ਚੁੱਕੇ ਆ। ਉਹਨਾਂ ਦੇ ਵਿੱਚ ਸਾਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ। ਜਦੋਂ ਦੇਖਿਆ ਉੱਥੇ ਪਹੁੰਚ ਕੇ ਅਸੀਂ, ਤਾਂ ਸਾਨੂੰ ਜਿਹੜੀ ਸਾਡੀਆਂ ਮਾਵਾਂ ਭੈਣਾਂ ਠੰਡ ਦੇ ਵਿੱਚ ਉਹਨਾਂ ਨੂੰ ਨਹਾਉਣ ਸਮੇਂ ਵਾਸਤੇ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਚਹਿਲ ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਕੈਨੇਡਾ ਵੱਲੋਂ ਸਾਨੂੰ ਉਹਨਾਂ ਨਾਲ ਤਾਲਮੇਲ ਹੋਇਆ। ਉਹਨਾਂ ਨੇ ਸਾਨੂੰ ਪੁੱਛਿਆ ਵੀ ਆਪਾਂ ਕੀ ਸੇਵਾ ਕਰ ਸਕਦੇ ਹਾਂ। ਤਾਂ ਮੈਂ ਸਾਰੇ ਆਪਣੇ ਸਾਥੀਆਂ ਨਾਲ ਰਹਿ ਕੇ ਕਰਕੇ ਅਸੀਂ ਸੋਚਿਆ ਵੀ ਆਪਾਂ ਜਿਹੜਾ ਇਸ਼ਨਾਨ ਘਰ ਦੇਈਏ ਤਾਂ ਬਹੁਤ ਵਧੀਆ ਗੱਲ ਹੋਊ, ਤਾਂ ਬੀਬੀਆਂ ਨੂੰ ਜਿਹੜੀ ਠੰਡ ਦੇ ਵਿੱਚ ਆ ਉਹ ਦਿੱਕਤ ਮਹਿਸੂਸ ਨਾ ਹੋਵੇ। ਇਸ ਕਰਕੇ ਇਹ ਜਿਹੜਾ ਅਸੀਂ ਉਪਰਾਲਾ ਜੀ, ਉਹ ਸੱਜਣਾਂ ਦੇ ਸਹਿਯੋਗ ਨਾਲ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਪਰ ਸਰਕਾਰ ਦੇ ਹਰ ਜ਼ੁਲਮ ਦਾ ਜਿਹੜਾ ਟਾਕਰਾ ਹੈ ਬੜੇ ਹੀ ਸਬਰ ਨਾਲ ਕਰ ਰਹੇ ਆ। ਚਾਹੇ ਕੋਈ ਕਿਤੇ ਵੀ ਬੈਠਾ ਹੈ, ਪਰ ਉਹਦੀ ਜਿਹੜੀ ਆਤਮਾ ਹੈ ਉਹ ਹਮੇਸ਼ਾ ਪੰਜਾਬ ਦੇ ਵਾਸਤੇ, ਕਿਸਾਨਾਂ ਦੇ ਵਾਸਤੇ, ਆਪਣੇ ਮਾਵਾਂ ਦੇ ਪਿਤਾਵਾਂ ਦੇ ਵਾਸਤੇ ਧੜਕ ਰਹੀ ਹੈ।